ਸਾਡੇ ਨਾਲ ਨੇ ਨਵੇਂ ਵਿਧਾਇਕ ਗੈੜੀ ਵੜਿੰਗ ਜਿਨ੍ਹਾਂ ਨੇ ਵੱਡੇ ਵੱਡੇ ਧੁਰੰਤਰ ਹਰਾਏ ਨੇ ਅਮਲੋ ਤੋਂ ਗੈੜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੁਹਾਡੇ ਸਰੋਤੇ ਨੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿੰਨੀ ਵੱਡੀ ਲੜਾਈ ਦੇਖਦੇ ਸੀ ਲੜਾਈ ਤਾਂ ਜਨਤਾ ਨੇ ਲੜੀ ਹੈ ਜੀ ਤੇ ਜਿਸ ਤਰੀਕੇ ਦੇ ਰਿਜ਼ਲਟ ਆਏ ਨੇ ਇਹ ਤਾਂ ਲੱਗਦਾ ਕਿ ਕਾਫੀ ਸੌਖਾ ਹੀ ਕੰਮ ਸੀਗਾ ਐਡੀ ਔਖੀ ਸੀਗੀ ਨਹੀਂ ਹਾਂ ਜਦੋਂ ਇਲੈਕਸ਼ਨ ਲੜ ਰਹੇ ਸੀ ਉਦੋਂ ਕਾਫੀ ਟੈਂਸ ਐਟਮੋਸਫੇਅਰ ਜ਼ਰੂਰ ਸੀਗਾ ਪਰ ਠੀਕ ਰਿਹਾ ਜੀ ਵਧੀਆ ਰਿਹਾ ਤੇ ਅਮਲੋ ਜੀ ਦੇ ਵੱਡੇ ਵੱਡੇ ਮੰਤਰੀ ਹੀ ਪੁਰਾਣੇ ਜਿਹੜੇ ਚਾਰ ਲਗਾਤਾਰ ਚਾਰ ਟਰਮਾਂ ਤੋਂ ਵਿਧਾਇਕ ਸਨ ਦੋ ਟਰਮਾਂ ਤੁਸੀਂ ਉਸ ਤੋਂ ਪਹਿਲਾਂ ਨਾਭੇ 'ਚ ਰਹੇ ਮੰਤਰੀ ਸਾਹਿਬ ਕਾਕਾ ਰਣਦੀਪ ਸੀ ਸੀਗੇ ਪਰ ਉਹਨਾਂ ਦੀ ਖੂਬੀ ਰਹੀ ਹੈ ਜੀ ਉਹ ਜਿੱਤਣ ਤੋਂ ਬਾਅਦ ਹਲਕੇ 'ਚ ਨਹੀਂ ਜਾਂਦੇ ਸੀਗੇ ਉਹ ਚੰਡੀਗੜ੍ਹ ਬੈਠ ਕੇ ਗੋਲਫ ਖੇਡਦੇ ਸੀਗੇ ਅਤੇ ਹੁਣ ਲੋਕਾਂ ਨੇ ਫ੍ਰੀ ਕਰਤੇ ਜੀ ਗੋਲਫ ਖੇਡਣ ਵਾਸਤੇ ਜਮਾਨਤ ਜ਼ਬਤ ਹੋ ਗਈ ਉਹਨਾਂ ਦੀ ਜਮਾਨਤ ਜ਼ਬਤ ਕਰਾਈ ਹੈ ਕਾਕਾ ਰਣਦੀਪ ਸਿੰਘ ਨਾਭੇ ਦੀ ਲੋਕਾਂ ਨੇ ਕੀਤੀ ਹੈ ਜੀ ਹਾਂਜੀ ਅੱਛਾ ਕੀ ਲੱਗਦਾ ਕੀ ਉੱਥੇ ਤੁਹਾਨੂੰ ਹੁਣ ਕੀ ਚੁਣੌਤੀਆਂ ਅਮਲੋ 'ਚ ਕਿੰਨਾ ਕੀ ਪਛੜ ਰਿਹਾ ਗਿਆ ਇੱਕ ਮੰਤਰੀ ਵੀ ਦਿੱਤਾ ਲੋਕਾਂ ਨੇ ਅਮਲੋ ਦੇ ਵਿੱਚ ਜਿਹੜਾ ਅਮਲੋ ਹਲਕਾ ਹੈ ਜੀ ਉਹ ਸਰਕਾਰ ਦੇ ਬਾਵਜੂਦ ਚੱਲ ਰਿਹਾ ਸੀ ਅਮਲੋ ਦੇ ਵਿੱਚ ਮੰਡੀ ਗੋਬਿੰਦਗੜ੍ਹ ਸ਼ਹਿਰ ਹੈ ਐਡੀ ਵੱਡੀ ਇੰਡਸਟਰੀ ਹੈ ਪਰ ਸਰਕਾਰ ਦੀ ਨੀਅਤ ਹਮੇਸ਼ਾ ਇੰਡਸਟਰੀ ਨੂੰ ਤੰਗ ਪਰੇਸ਼ਾਨ ਕਰਦੀ ਰਹੀ ਹੈ ਉਹਨਾਂ ਨੂੰ ਕੋਈ ਸਹੂਲਤ ਦੇਣ ਦੀ ਨਹੀਂ ਰਹੀ ਤਿੰਨ ਫਸਲੀ ਇਲਾਕਾ ਹੈ ਜੀ ਸਾਡਾ ਕੋਈ ਉਹ ਕਿਸਾਨ ਹੋਊਗਾ ਅਮਲੋ ਹਲਕੇ ਦਾ ਜਿਹੜਾ ਘੱਟੋ ਘੱਟ ਤਿੰਨ ਫਸਲਾਂ ਲਿਆਉਂਦਾ ਫਿਰ ਵੀ ਕੋਈ ਐਗਰੀ ਪ੍ਰੋਸੈਸਿੰਗ ਯੂਨਿਟ ਤੱਕ ਨਹੀਂ ਹੈ ਕੋਈ ਮਾਰਕੀਟਿੰਗ ਦਾ ਕੋਈ ਸਿਸਟਮ ਨਹੀਂ ਹੈ ਸਰਕਾਰਾਂ ਦੇ ਬਾਵਜੂਦ ਸਾਡਾ ਹਲਕਾ ਚੱਲਦਾ ਰਿਹਾ ਜਿਹੜੀਆਂ ਸੜਕਾਂ ਨੇ ਟੁੱਟੀਆਂ ਪਈਆਂ ਨੇ ਬੁਰਾ ਹਾਲ ਹੈ ਹਸਪੀਟਲ ਨੇ ਜਿਹੜੇ ਚੱਲਦੇ ਨਹੀਂ ਹੈਗੇ ਤਾਂ ਬਹੁਤ ਕੰਮ ਕਰਨਾ ਬਹੁਤ ਜ਼ਿਆਦਾ ਸਕੋਪ ਹੈ ਜੀ ਸਾਡਾ ਕੀ ਪ੍ਰਾਇੋਰਟੀ ਲੈ ਕੇ ਕੀ ਚੱਲ ਰਹੇ ਹੈਗੇ ਹੁਣ ਇੱਥੇ ਚੰਡੀਗੜ੍ਹ ਮੀਟਿੰਗ 'ਚ ਆਉਣਾ ਪਿਆ ਜੀ ਨਹੀਂ ਤਾਂ ਮੈਂ ਅੱਜ ਹਲਕੇ 'ਚ ਰਹਿਣਾ ਚਾਹੁੰਦਾ ਸੀਗਾ ਆਉਣ ਤੋਂ ਪਹਿਲਾਂ ਮੈਂ ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪੀਟਲ ਨੂੰ ਵਿਜ਼ਿਟ ਕਰਕੇ ਆਇਆ ਦੌਰਾ ਕਰਕੇ ਆਇਆ ਐਸਐਮਓ ਸਾਹਿਬ ਨੂੰ ਮਿਲ ਕੇ ਆਇਆ ਉਹਨਾਂ ਤੋਂ ਪੁੱਛ ਕੇ ਆਇਆ ਵੀ ਕੀ ਰਿਕੁਆਇਰਮੈਂਟਸ ਨੇ ਕਿਉਂਕਿ ਸਾਡਾ ਮੰਡੀ ਗੋਬਿੰਦਗੜ੍ਹ ਜਿਹੜਾ ਹਸਪੀਟਲ ਉਹ ਪੂਰੇ ਜ਼ਿਲ੍ਹੇ 'ਚ ਰੈਫਰ ਕਰਨ ਵਾਲੇ ਹਸਪੀਟਲ ਦੇ ਨਾਮ ਨਾਲ ਫੇਮਸ ਹੈ ਤਾਂ ਉਹਨਾਂ ਨਾਲ ਬੈਠ ਕੇ ਮੈਂ ਜਾਇਜ਼ਾ ਲੈ ਕੇ ਆਇਆ ਪੁੱਛ ਕੇ ਆਇਆ ਵੀ ਕੀ ਰਿਕੁਆਇਰਮੈਂਟਸ ਨੇ ਦੱਸੋ ਵੀ ਕੋਸ਼ਿਸ਼ ਕਰਾਂਗੇ ਕਿ ਸਰਕਾਰ ਦੇ ਬਣਦੇ ਸਾਰੇ ਜਿਹੜਾ ਮੰਡੀ ਗੋਬਿੰਦਗੜ੍ਹ ਦਾ ਸਿਵਲ ਹਸਪੀਟਲ ਹੈ ਜਿਹੜਾ ਉਹ ਚਾਲੂ ਕਰੀਏ ਆਪਾਂ ਕੱਲ ਨੂੰ ਸਵੇਰੇ 9 ਵਜੇ ਫਿਰ ਜਾ ਰਹੇ ਦੁਬਾਰਾ ਫਿਰ ਮੀਟਿੰਗ ਮਤਲਬ ਕੰਮ ਸ਼ੁਰੂ ਕਰ ਦਿੱਤਾ ਹੈਗਾ ਕੰਮ ਕਰਨ ਵਾਸਤੇ ਤਾਂ ਆਏ ਹਾਂ ਜੀ ਅੱਛਾ ਇੱਕ ਤੁਹਾਡੇ ਵਾਸਤੇ ਅਮਲੋ ਇੱਕ ਪਾਰਟੀ ਵਾਸਤੇ ਨਵੀਂ ਪਾਰਟੀ ਨਵੀਂ ਸਰਕਾਰ ਸੂਬੇ ਤੇ 3.5 ਲੱਖ ਕਰੋੜ ਦਾ ਕਰਜ਼ਾ ਕਿੰਨੀ ਕੁ ਚੁਣੌਤੀ ਦੇਖਦੇ ਜੀ ਮੈਂ ਨਾ ਅਮਲੋ ਦੇ ਵਿੱਚ ਉਦਾਹਰਨ ਦਿੰਦਾ ਹੁੰਦਾ ਸੀ ਮੰਡੀ ਗੋਬਿੰਦਗੜ੍ਹ ਕਮੇਟੀਆਂ ਦੇ ਵਿੱਚੋਂ ਪੰਜਾਬ ਦੀ ਸਭ ਤੋਂ ਅਮੀਰ ਕਮੇਟੀ ਹੋਣੀ ਹੈ 10 ਸਾਲਾਂ ਦੇ ਵਿੱਚ ਘੱਟੋ ਘੱਟ 1,000-1,200 ਕਰੋੜ ਰੁਪਇਆ ਮੰਡੀ ਗੋਬਿੰਦਗੜ੍ਹ ਦੀ ਕਮੇਟੀ ਨੇ ਖਰਚਿਆ ਅਤੇ ਲੱਗਿਆ ਕੁਛ ਵੀ ਨਹੀਂ ਤਾਂ ਜਿਹੜੀ ਇਸ ਤੋਂ ਪਹਿਲਾਂ ਸਰਕਾਰਾਂ ਨੇ ਉਹ ਸਾਰਾ ਕੁਛ ਖਾਂਦੀ ਰਹੀ ਹੈ ਜਿਹੜਾ ਵੀ ਪੈਸਾ ਸਰਕਾਰ ਦਾ ਆਉਂਦਾ ਜਿਵੇਂ ਰਾਜੀਵ ਗਾਂਧੀ ਜੀ ਕਹਿ ਕੇ ਗਏ ਸੀ ਵੀ ਸ਼ਾਇਦ ਕੋਈ 10-15 ਪੈਸੇ ਲੱਗਦਾ ਬਾਕੀ ਖਾਧਾ ਜਾਂਦਾ ਉਹੀ ਸਿਸਟਮ ਪੰਜਾਬ 'ਚ ਚੱਲ ਰਿਹਾ ਸੀ ਸਭ ਤੋਂ ਕਰਪਟ ਸਰਕਾਰ ਪੰਜਾਬ ਦੀ ਪੂਰੇ ਹਿੰਦੁਸਤਾਨ 'ਚ ਰਹੀ ਹੈ ਤਾਂ ਪੈਸਾ ਬਹੁਤ ਹੈ ਜੀ ਇੱਕ ਵਾਰ ਇਮਾਨਦਾਰ ਸਰਕਾਰ ਆਈ ਹੈ ਹੁਣ ਇਮਾਨਦਾਰ ਸਰਕਾਰ ਆਊਗੀ ਤਾਂ ਲੋਕਾਂ ਦੇ ਕੰਮ ਵੀ ਹੋਣਗੇ ਪੈਸਾ ਬਚੂਗਾ ਵੀ ਅਤੇ ਜਿਹੜਾ ਡੈਟ ਹੈ ਜਿਹੜਾ ਕਰਜ਼ਾ ਉਹ ਵੀ ਸਰਵਿਸ ਹੋਊਗਾ ਚਲੋ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਇਸ ਤਰ੍ਹਾਂ ਮਲੋਹ ਤੋਂ ਵਿਧਾਇਕ ਆਮ ਆਦਮੀ ਪਾਰਟੀ ਅਤੇ ਗੈੜ ਦੀ ਵੜਿੰਗ ਔਰ ਜਿੱਥੋਂ ਤੱਕ ਉਹਨੇ ਕਿਹਾ ਜਿਹੜਾ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਉੱਥੇ ਖਰਾ ਉਤਰਾਂਗੇ ਅਮਲੋਹ ਦੇ ਵਿੱਚ ਜੋ ਕਮੀ ਪੇਸ਼ੀ ਆ ਉਹ ਵੀ ਦੂਰ ਕਰਾਂਗੇ ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ ABC ਪੰਜਾਬ ਚੰਡੀਗੜ੍ਹ